ਅਤੇ ਇੱਕ ਦੋ ਅਜ਼ਾਦਾਰੀ ਦੇ ਹਵਾਲੇ ਨਾਲ ਗੁਜ਼ਾਰਿਸ਼ਾਂ ਹਨ। ਮੇਰੇ ਨਿਹਾਇਤ ਹੀ ਮੋਹਤਰਮ ਬਾਬਾ ਫੈਕ ਸ਼ਾਹ ਜੀ, ਭਾਈ ਸਿਕੰਦਰ ਅਬਾਦ ਬੈਠੇ ਥੇ, ਪੀਰੋਣੀ ਵੀ ਬੈਠੇ ਥੇ, ਮੈਂ ਇਹਨਾਂ ਦੇ ਸਾਹਮਣੇ ਇੱਕ ਦੋ ਗੁਜ਼ਾਰਿਸ਼ਾਂ ਹਨ ਅਜ਼ਾਦਾਰੀ ਦੇ ਹਵਾਲੇ ਨਾਲ, ਉਹ ਤੁਹਾਡੇ ਹੋਸ਼ ਗੁਜ਼ਾਰ ਕਰਨਾ ਚਾਹੁੰਦਾ। ਅਸਾਂ ਤਕਰੀਬਨ ਕੋਈ ਪਿਛਲੇ ਸਫ਼ਰ ਤੋਂ ਇੱਕ ਕੋਸ਼ਿਸ਼ ਸ਼ੁਰੂ ਕੀਤੀ ਆਈ ਆਜ਼ਾਦਾਰੀ ਦੇ ਹਵਾਲੇ ਨਾਲ, ਕਿ ਆਜ਼ਾਦਾਰ ਜਿਹੜੇ ਹਨ ਉਹਨਾਂ ਦੀ ਇੱਜ਼ਤ ਵਿੱਚ ਇੱਕ ਕੋਸ਼ਿਸ਼ ਹੁੰਦੀ ਹੈ ਬਈ ਕਈ ਆਜ਼ਾਦਾਰੀ ਹੌਸਲਾ ਅਫਜ਼ਾਈ ਕਰੋ, ਕਈ ਦੀ ਦਿਲ ਸ਼ਿਕਨੀ ਨਾ ਥੀਵੇ। ਅਕਸਰ ਮਜਾਲਸ 'ਤੇ ਅਸਾਂ ਵਹਿੰਦੇ ਹਾਂ ਜਾਂ ਸਾਰੇ ਕੋਲ ਵੀ ਹੁਣ ਤੱਕ ਇਹ ਸਾਰਾ ਨਿਜ਼ਾਮ ਥੀਂਦਾ ਰਹਿ ਗਿਆ, ਜਿਹਦੀ ਮੈਂ ਆਪਣੇ ਸਾਰੇ ਖਾਨਦਾਨ ਦੇ ਤਰਫੋਂ ਅਤੇ ਆਪਣੇ ਦੋਸਤ ਅਹਿਬਾਬ ਦੇ ਤਰਫੋਂ, ਸਾਰੀ ਮੇਰੀ ਜਿਹੜੀ ਸੰਗਤ ਸਾਥ ਹੈ ਮੁਲਤਾਨ ਵਾਲੀ ਜਾਂ ਇੱਥੋਂ ਵਾਲੀ, ਇਹਨਾਂ ਤਰਫੋਂ ਮੈਂ ਸਾਈਆਂ ਕੋਲੋਂ ਮਾਫ਼ੀ ਮੰਗ ਕੇ, ਮੈਂ ਪਿਛਲੇ ਪ੍ਰੋਗਰਾਮ ਤੋਂ ਵੀ ਕੋਸ਼ਿਸ਼ ਕੀਤੀ, ਪਹਿਲਾਂ ਉਹਦਾ ਮੇਰੇ ਹੌਸਲਾ ਅਫਜ਼ਾਈ ਵਾਸਤੇ ਭਾਈ ਸਿਕੰਦਰ ਹੋਣੀ ਨੇ ਇਹ ਪਹਿਲਾਂ ਮੇਰਾ ਸਾਥ ਦਿੱਤਾ ਕਿ ਇੱਦਾਂ ਸਫ਼ਰ ਵਾਲੀ ਮਹਿਲ 'ਤੇ ਉਹਨਾਂ ਨੇ ਭਰਪੂਰ ਜੋ ਮੇਰੇ ਨਾਲ ਗੁਆਖਾਂ ਇਹਨਾਂ ਨੇ ਹੂੰ ਇੰਤਜ਼ਾਮ ਨਾਲ ਸਭ ਕੁਝ ਕੀਤਾ। ਕਿ ਲੰਗਰ ਦੇ ਹਵਾਲੇ ਨਾਲ ਅਸਾਂ ਹਮੇਸ਼ਾ ਕਰਿੰਦੇ ਸੀ ਇੱਕ, ਕਿ ਲੰਗਰ ਮੋਮਿਨੀਨ ਵਾਸਤੇ ਵੀ ਆਉਂਦਾ ਅਤੇ ਜ਼ਾਕਰਾਂ ਵਾਸਤੇ ਵੀ ਆਉਂਦਾ। ਜਿਹੜੇ ਜ਼ਾਕਰਾਂ ਨੇ ਉਹਨਾਂ ਨੇ ਨਿਆਜ਼ ਵੀ ਖਿਲਣੀ ਹੁੰਦੀ ਹੈ, ਅਤੇ ਉਹਨਾਂ ਦਾ ਜ਼ਾਕਰੀ ਹੁਣ ਆਜ਼ਾਦਾਰੀ ਤੋਂ ਹਟ ਕੇ ਪ੍ਰੋਫੈਸ਼ਨ ਬਣ ਗਈ ਹੈ। ਮੇਰੇ ਜ਼ਾਕਰ ਭਾਈ ਬੈਠੇ ਨੇ ਸਾਰੇ ਨਾਰਾਜ਼ ਨਾ ਥੇ ਸਨ, ਕਿਉਂਕਿ ਕਦੀਮ ਤੋਂ ਆਜ਼ਾਦਾਰੀ ਅਸਾਂ ਵੀ ਸੁਣਦੇ ਆਉਂਦੇ ਹਾਂ। ਹਾਫਿਜ਼ ਮੁਹੰਮਦ ਅਲੀ ਖਾਨ ਇੱਕ ਜਗ੍ਹਾ 'ਤੇ ਮਜਲਿਸ ਪੜ੍ਹਨੀ ਆਈ, ਬਾਬਾ ਫੈਕ ਸ਼ਾਹ ਜੀ ਹੁਣ ਸ਼ਾਇਦ ਇਹਨਾਂ ਕੋਲ ਇਹਦਾ ਵਾਕਿਆ ਯਾਦ ਹੋਵੇ, ਉਹਨਾਂ ਨੇ ਮਜਲਿਸ 'ਤੇ ਨਾ ਪਹੁੰਚ ਸਕੇ ਤਾਂ ਉੱਥੇ ਉਹਨਾਂ ਉੱਤੇ ਪਰਚਾ ਥੀ ਗਿਆ। ਉਹ ਜਿਹੜੇ ਵੇਲੇ ਹਾਈ ਉਹਨਾਂ ਨੇ ਅਦਾਲਤ 'ਚ ਪੇਸ਼ ਤੇ, ਅਤੇ ਉਹਨਾਂ ਨੇ ਵਾਂਗਿਆ ਕਿ ਸਹੀ ਇਹ ਮਜਲਿਸ ਪੜ੍ਹਨਾ ਮੇਰਾ ਪ੍ਰੋਫੈਸ਼ਨ ਹੈ, ਅਕੀਦਾ ਨਹੀਂ। ਅਤੇ ਪ੍ਰੋਫੈਸ਼ਨ 'ਚ ਜਿੱਥੇ ਬੰਦੇ ਕੋਲ ਫਾਇਦਾ ਥੀਂਦਾ ਹੋਵੇ ਉਹ ਬੰਦਾ ਉੱਥੇ ਵੇਂਦੇ, ਅਤੇ ਲਿਹਾਜ਼ਾ ਮੇਰੀ ਮਜਬੂਰੀ ਆਈ ਮੇਰੇ ਕੋਲ ਬਈ ਜੋ ਜ਼ਿਆਦਾ ਪੈਸੇ ਮਿਲਣ, ਅਤੇ ਮੈਂ ਉੱਥੇ ਚਲਾ ਗਿਆ, ਮੈਂ ਇੱਥੇ ਨਹੀਂ ਆ ਸਕਦਾ। ਉਹਨਾਂ ਕੋਲ ਉੱਥੋਂ ਬੜੀ ਗੱਲ ਕਰ ਗਿਆ ਕਿ ਠੀਕ ਹੈ ਜੀ, ਉਹ ਆਖੇ ਜੀ ਮੇਰਾ ਪ੍ਰੋਫੈਸ਼ਨ ਹੈ, ਅਗਲੀ ਗੱਲ ਬਣਦੀ ਨਹੀਂ। ਇੱਕ ਅਜ਼ਾਦਾਰ ਜਿਹੜਾ ਤੁਰ ਕੇ ਆਉਂਦੇ ਕੰਮ ਛੋੜ ਕੇ ਆਸੀ, ਉਹ ਕੋਈ ਇਹ ਵੀ ਪਤਾ ਨਹੀਂ ਹੁੰਦਾ ਕਿ ਲੰਗਰ ਮਿਲ ਸੀ ਜਾਂ ਨਾ ਮਿਲ ਸੀ, ਲੰਗਰ ਹੋ ਸੀ ਜਾਂ ਨਾ ਹੋ ਸੀ। ਜ਼ਾਕਿਰ ਆਨੇ ਬਾਣੀ ਆਉਂਦੇ ਮੂੰਹ ਲੱਗਦੇ ਆਨੇ ਕੋਸ਼ਿਸ਼ ਕਰਨ, ਉਹਨਾਂ ਦੀ ਖੁਸ਼ਾਮਦ ਕਰਨ ਕਿ ਅੱਛਾ ਲੰਗਰ ਦਿਓ, ਅੱਛਾ ਪਾਣੀ ਦਿਓ, ਅੱਛੀ ਜਾਦੇ ਬਿਠਾਓ, ਇਹ ਨਹੀਂ ਥੀਉਣਾ ਚਾਹੀਦਾ। ਜਿਹੜੇ ਆਏ, ਜਿਹੜੇ ਵੀ ਆਏ ਆਜ਼ਾਦਾਰ ਹਨ ਇਮਾਮ ਹੁਸੈਨ ਦੇ, ਇਮਾਮ ਹੁਸੈਨ ਦੇ ਆਜ਼ਾਦਾਰਾਂ ਦੇ ਵਿੱਚ ਕੋਈ ਫਰਕ ਕਹਿ ਨਹੀਂ। ਉਹ ਭਾਵੇਂ ਜ਼ਾਕਿਰ ਹੁਸੈਨ, ਉਹ ਭਾਵੇਂ ਮੋਮਿਨ ਹੋਵੇ, ਜਾਂ ਭਾਵੇਂ ਬਾਣੀ ਦੇ ਲੱਗਦੇ ਹੋਵੇ, ਜਿਹੜੇ ਬਾਣੀ ਦੇ ਲੱਗਦੇ ਹੋਣ ਉਹ ਸ਼ਾਇਦ ਸਿਰਫ ਇਹ ਵਜ੍ਹਾ ਤੋਂ ਆਉਂਦੇ ਹੋਵੇ ਕਿ ਜੀ ਮੈਂ ਇਹਨਾਂ ਕੋਲ ਵੇਸਾਂ ਅਤੇ ਇਹ ਮੇਰੇ ਕੋਲ ਆਸਣ। ਜਿਹੜੇ ਮੋਮਿਨ ਸੁਣਨ ਵਾਸਤੇ ਆਉਣ ਉਹਨਾਂ ਕੋਲ ਸਿਰਫ ਇਹੋ ਪਤਾ ਹੁੰਦਾ ਕਿ ਅਸਾਂ ਬਤੂਲ ਦੇ ਪੁੱਤਰ ਕੋਲ ਫੁਰੀ ਦੇ ਮੁਕਾਂ ਲੈ ਬਣਾਉਂਦੇ ਪਏ, ਉਹਨਾਂ ਕੋਲ ਕੋਈ ਵੀ ਲਾਲਚ ਨਹੀਂ ਹੁੰਦਾ। ਸਾਰੇ ਮਜ਼ਦੂਰਾਂ ਨੇ ਕੋਈ ਦਿਹਾੜੀ ਤੋੜ ਕੇ ਆ, ਉਹਨਾਂ ਕੋਲ ਲੰਗਰ ਦੇ ਵਿੱਚ ਜਿਣਕਾਂ ਵੀ ਮਿਲਦੀਆਂ, ਕਈ ਕੋਲ ਲੰਗਰ ਦੂਜੀ ਦਫ਼ਾ ਅਗਰ ਮੰਗ ਜੇ ਤੂੰ ਹੁਣੇ ਖਾ ਕੇ ਗਏ ਦੁਆਲਾ ਹੈ। ਜ਼ਾਕਿਰ ਆਏ ਉਹ ਪਾਣੀ ਅੱਛਾ ਲਿਓ, ਮਿਨਰਲ ਵਾਟਰ ਦੇ ਇਲਾਵਾ ਪਾਣੀ ਨਹੀਂ ਲਿਆਉਣਾ, ਮਤ ਅਗਲੇ ਸਾਲ ਨਾ ਆਵੇ। ਕਿਉਂ ਭਾਈ, ਆਜ਼ਾਦਾਰ ਜਿਹੜੇ ਹਨ ਕੋਈ ਆਮ ਮਕਾਮ ਹੈ, ਲਿਹਾਜ਼ਾ ਜਿਤਨੇ ਵੀ ਬੈਠੇ ਹੋ ਵਿੱਚ ਬਾਨੀਆਨ ਵੀ ਬੈਠੇ ਤੇ ਮਜਲਿਸ ਵੀ ਔਨਲਾਈਨ ਚਲਦੀ ਪਈ ਹੈ, ਜਿੱਥੇ ਜਿੱਥੇ ਮੇਰੀ ਆਵਾਜ਼ ਪਹੁੰਚਦੀ ਪਈ ਹੈ ਜਾਂ ਜਿੱਥੇ ਜਿਹੜੇ ਬਹਿਰ ਵੀ ਖੜਨ ਤੇ ਉਹ ਵੀ ਸਾਰੇ, ਜਾਂ ਜਿਹੜੀਆਂ ਮੇਰੀਆਂ ਬੀਬੀਆਂ ਮਸਤੂਰਾਤ ਵੀ ਆਏ ਹਨ ਜਿਨ੍ਹਾਂ ਦੇ ਘਰ ਮਜਾਲੇ ਸੀਨੀਅਨ, ਉਹ ਚਾਹੇ ਲੇਡੀਜ਼ ਮਜਲਿਸ ਹੋਵੇ ਜਾਂ ਇਹ ਮਜਾਲੇ ਸੋਵੇ, ਇਹਦੇ ਵਿੱਚ ਇਹ ਜ਼ਰੂਰ ਕਰੇ ਸੋ ਕਿ ਲੰਗਰ ਦੋ ਕਿਸਮ ਦਾ ਨਹੀਂ ਹੋਣਾ। ਲੰਗਰ ਇੱਕ ਕਿਸਮ ਦਾ ਹੋਵੇ, ਇੱਜ਼ਤ ਸਾਰਿਆਂ ਦੀ ਬਰਾਬਰ ਹੋਵੇ। ਕੋਸ਼ਿਸ਼ ਕਰੋ ਕਿ ਕੋਈ ਆਜ਼ਾਦਾਰ ਨਾਰਾਜ਼ ਥੀ ਕੇ ਨਾ ਮੰਜੇ। ਲੰਗਰ ਦਿਓ, ਪਾਣੀ ਦਿਓ, ਇੱਜ਼ਤ ਨਾਲ ਜੋ ਹੋਵੇ ਇੱਕ ਦਾਲ ਹੈ ਸਾਰਿਆਂ ਵਾਸਤੇ ਜੀ, ਮੌਲਾ ਹੁਸੈਨ ਦਾ ਲੰਗਰ ਠੀਕ ਹੈ। ਗੋਸ਼ਤ ਤਾਂ ਹੀ ਸਾਰਿਆਂ ਵਾਸਤੇ ਹੈ ਜਿਹੜਾ ਕੁਝ ਹੋਵੇ, ਮੌਲਾ ਹੁਸੈਨ ਦਾ ਲੰਗਰ ਬਰਾਬਰ। ਆਜ਼ਾਦਾਰੀ ਦੇ ਵਿੱਚ ਦੂ ਰਾਮਾ ਨਹੀਂ ਹੋਣੇ ਚਾਹੀਦਾ, ਆਜ਼ਾਦਾਰੀ ਦੇ ਵਿੱਚ ਇੱਕ ਸਾਰੇ ਵਾਸਤੇ ਬਰਾਬਰ ਹੈ। ਮੇਰੀ ਤਾਈਦ ਕਰੇ ਸਰ, ਮੇਰੇ ਸਾਰੇ ਨਿਹਾਇਤ ਹੀ ਮੋਹਤਰਮ ਬੈਠੇ ਤੇ, ਬਾਕੀ ਇਨਸ਼ਾਅੱਲਾ ਕੋਸ਼ਿਸ਼ ਹੁੰਦੀ ਹੈ ਕਿ ਆਜ਼ਾਦਾਰੀ ਮਹਿੰਗਾਈ ਜਿਤਨੀ ਮਰਜ਼ੀ ਆਵੇ ਵਧਦੀ ਮੰਜੇ, ਆਜ਼ਾਦਾਰੀ ਵੀ ਮੌਲਾ ਹੁਸੈਨ ਦੀ ਵਧਦੀ ਮਿਲਦੀ ਹੈ। ਅਲਹਮਦੁਲਿਲਾ ਅੱਗੇ ਇੱਥੇ ਮਜਾਲਿਸ ਸਾਲਾਨਾ ਦੂ ਥੀਆਂ ਹੁਣ, ਅਲਹਮਦੁਲਿਲਾ 29 ਮੁਹਰਮ, 3 ਰਜਬ ਸਾਨੀ, 16 ਰਜਬ, 10 ਸਫ਼ਰ, 19 ਸਫ਼ਰ, 24 ਜਮਾਤ 24 ਥੀ ਗਈ, 24 ਰਜਬ ਥੀ ਗਈ, 25 ਰਜਬ ਥੀ ਗਈ, ਬਾਕੀ ਵੀ ਪ੍ਰੋਗਰਾਮ ਹੈ। ਅਲਹਮਦੁਲਿਲਾ ਕੇ ਮਾਲਕਾਂ ਨੇ ਬਹੁਤ ਸਾਰਾ ਕਰਮ ਕੀਤੇ, ਇਨਸ਼ਾਅੱਲਾ ਅਸਾਂ ਕੋਸ਼ਿਸ਼ ਕਰਦੇ ਪਏ ਕਿ ਈ ਮੁਹਰਮ ਤੋਂ ਪਹਿਲੇ ਜੀ ਹਾਂ ਬਿਲਕੁਲ, ਅਸਾਂ ਇਨਸ਼ਾਅੱਲਾ ਕੋਸ਼ਿਸ਼ ਕਰਦੇ ਪਏ ਹਾਂ ਕਿ ਈ ਮੁਹਰਮ ਤੋਂ ਪਹਿਲੇ ਸਾਰਾ ਇਮਾਮ ਬਾਰਗਾਹ ਦਾ ਕੰਮ ਵੀ ਸ਼ੁਰੂ ਥੀ ਵਜੇ।
ਤੇ ਤੁਸਾਂ ਮੁਮਿਨ ਸਾਰੇ ਨਾਲ ਹੋ ਇਨਸ਼ਾਅੱਲਾ ਸਿਰਫ ਤੁਹਾਡੀ ਦੁਆ ਚਾਹੀਦੀ ਬਾਕੀ ਨਾ ਹੀ ਕਹੀਂ ਅਲਹਮਦੁਲਿਲਾ ਪਾਕਾਂ ਦਾ ਕਰਮ ਹੈ ਕਿ ਨਾ ਕਰੀ ਮਜਲਿਸ ਵਾਸਤੇ ਚੰਦਾ ਕੀਤੇ ਨਾ ਹੀ ਇਮਾਮ ਬਾਰਗਾਹ ਵਾਸਤੇ ਅਲਹਮਦੁਲਿਲਾ ਹੁਸੈਨ ਪਾਤਸ਼ਾਹ ਦੀ ਪਾਕ ਅੰਮਾ ਦੇ ਖਜ਼ਾਨੇ ਦੇ ਵਿੱਚੋਂ ਅਲਹਮਦੁਲਿਲਾ ਬਹੁਤ ਸਾਰਾ ਕਰਮ ਹੈ ਹਮੇਸ਼ਾ ਕਹਿ ਰਿਹਾ ਸੀ ਤੁਸਾਂ ਮੁਮਿਨੀਨ ਮੁਮਿਨਾਤ ਮੇਰੇ ਮਾਮਾ ਬੇਣੀ ਬੇਟੀਆਂ ਬੈਠੇ ਥੇ ਸਾਰੇ ਦੁਆ ਕਰੇ ਸੋ ਕਿ ਸਫੇ ਅਜ਼ਾਦ ਜਿਵੇਂ ਵਿੱਚ ਦੀ ਪਈ ਇਵੇਂ ਸੋਹਣੇ ਰੰਗ ਵਿੱਚ ਦਿਲਾਵੇ ਅਤੇ ਬਾਕੀ ਇਹ ਗੁਜ਼ਾਰਿਸ਼ ਭਾਈ ਵੀ ਕਰਿੰਦੇ ਪੈਣ ਮਿਹਰਬਾਨੀ ਨਾਲ ਮੇਰੇ ਕੋ ਯਾਦ ਕਰਾ ਛੋੜੇ ਕਿ ਇਹ ਹੁਸੈਨ ਬਾਦਸ਼ਾਹ ਦੀ ਕਬਰ ਅਗਰ ਇੱਥੇ ਕਹਿੰਦੇ ਇੱਕ ਜ਼ਾਕਿਰ ਪੜ੍ਹਦਾ ਖੜੇ ਤੁਸਾਂ ਉੱਠੀ ਕੇ ਕਹੀਂ ਜ਼ਾਕਿਰ ਤੂੰ ਜਾਂ ਮੇਰੇ ਤੂੰ ਤੁਸਾਂ ਉੱਠੀ ਕੇ ਪੁੱਛੋ ਕਿ ਵੀਰ ਜੀ ਤੁਸਾਂ ਦੱਸੋ ਤੁਹਾਡੀ ਮਾਂ ਦਾ ਨਾਂ ਕਿਆ ਹੈ ਤੁਹਾਡੀ ਭੈਣ ਦਾ ਨਾਂ ਕਿਆ ਹੈ ਤੁਹਾਡੀ ਧੀ ਦਾ ਨਾਂ ਕਿਆ ਹੈ ਤਾਂ ਮੈਂ ਉਹਦੇ ਕਤਲ ਤੱਕ ਆਵੇ ਸੀ ਇੱਥੇ ਮਿੰਬਰ ਦੇ ਖੜ ਕੇ ਤੁਸਾਂ ਪਾਕ ਹਸਤੀਆਂ ਦੇ ਨਾਂ ਇਤਨੀ ਬੇਹੁਰਮਤੀ ਦੇ ਨਾਲ ਚੇਂਦੇ ਹੋ ਕਿਉਂ ਭਾਈ ਯਾ ਤੁਸਾਂ ਨਹੀਂ ਮੰਨਦੇ ਕਿ ਹਾਂ ਜੀ ਥੋੜੀ ਦੇਰ ਬਾਰੇ ਸਾਹਿਬ ਆਨੇ ਬਈ ਤੁਹਾਡੇ ਹਾਲਾਤ ਨਹੀਂ ਠੀਕ ਤਾਂ ਤੁਸਾਂ ਪੁੱਤਰ ਦੀ ਸ਼ਾਦੀ ਨਹੀਂ ਕਰ ਸਕਦੇ ਅਗਰ ਤੁਹਾਡਾ ਅਕੀਦਾ ਠੀਕ ਹੈ ਤੁਸਾਂ ਹੁਸੈਨ ਪਾਤਸ਼ਾਹ ਦੀ ਥੋੜੀ ਵਿਛਾ ਗਿੰਦੇ ਵੇ ਮੇਰੀ ਪਾਕ ਸੈਨ ਨੇ ਅਗਰ ਮੋਹਰ ਲਾ ਦਿੱਤੀ ਹੈ ਤਾਂ ਥੋੜੀ ਵਿੱਚ ਵੇ ਸੀ ਜ਼ਾਕਰੀਨ ਜੋ ਵੀ ਔਨਲਾਈਨ ਵੀ ਮਜਲਿਸ ਚੱਲਦੀ ਪਈ ਹੈ ਜ਼ਾਕਰੀਨ ਤੋਂ ਵੀ ਗੁਜ਼ਾਰਿਸ਼ ਹੈ ਤੇ ਬਾਕੀ ਵੀ ਬਾਨੀਆਂ ਤੋਂ ਗੁਜ਼ਾਰਿਸ਼ ਹੈ ਕਿ ਜਿੱਥੇ ਜਿੱਥੇ ਵੀ ਥੋੜੀ ਵਿੱਚ ਦੀ ਹੈ ਜ਼ਾਕਰੀਨ ਨੂੰ ਇਹ ਸ਼ਾਇਦ ਤੋਂ ਆਪ ਆਗਾਹ ਕਰੋ ਮਨਾ ਕਰੋ ਕਿ ਪਾਕ ਹਸਤੀਆਂ ਦੇ ਨਾਂ ਬੇਹੁਰਮਤੀ ਨਾਲ ਨੱਚਾਂ ਮੈਂ ਅਲਗਬਾਦ ਤੋਂ ਯਾਦ ਕਰਕੇ ਨਾਂ ਚਾਹਵੇਂ ਅਸਾਂ ਮੈਂ ਅੱਜ ਐਲਾਨ ਪਿਆ ਕਰਨਾ ਆਪਣੇ ਪੂਰੇ ਖਾਨਦਾਨ ਦੇ ਤਰਫੋਂ ਜਾਂ ਆਪਣੀ ਪੂਰੀ ਸੰਗਤ ਸਾਹ ਦੇ ਤਰਫੋਂ ਕਿ ਕਹੀਂ ਵੀ ਜ਼ਾਕਿਰ ਨੇ ਅਗਰ ਬੇਹੁਰਮਤੀ ਦੇ ਨਾਲ ਨਾਂ ਚਾਹਤਾ ਤਾਂ ਮੈਂ ਬੁਲਾ ਕੜਾਂ ਕਹੀਂ ਵੀ ਜਗ੍ਹਾ ਤੇ ਉਹ ਮਜਲਿਸ ਮੇਰੇ ਘਰ ਹੋਵੇ ਜਾਂ ਉਹ ਮਜਲਿਸ ਕਹੀਂ ਵੀ ਜਗ੍ਹਾ ਹੋਵੇ ਮੈਂ ਮਜਲਿਸ ਮੌਜੂਦ ਹੋ ਸਾਂ ਇਹ ਸਾਰੀ ਸੰਗਤ ਸਾਹ ਜੋ ਵੀ ਮੌਜੂਦ ਹੋ ਸੀ ਜਿਹੜੇ ਵੀ ਜ਼ਾਕਿਰ ਨੇ ਅਗਰ ਬੇਹੁਰਮਤੀ ਨਾਲ ਨਾਂ ਚਾਹਤਾ ਅਸਾਂ ਮੈਂਬਰ ਤੋਂ ਲਾ ਖੜੇ ਸਾਂ ਅਗਰ ਸਾਗੋ ਕੋਈ ਪਿਆਰ ਅਸਾਂ ਜ਼ਾਕਿਰਾਂ ਦੀ ਇੱਜ਼ਤ ਕਰੇ ਨੇ ਤਾਂ ਵੀ ਸਾਇਆਂ ਦੀ ਵਜ੍ਹਾ ਤੋਂ ਅਸਾਂ ਆਜ਼ਾਦਦਾਰਾਂ ਦੀ ਇੱਜ਼ਤ ਕਰੇ ਨੇ ਤਾਂ ਵੀ ਸਾਇਆਂ ਦੀ ਵਜ੍ਹਾ ਸਾਡਾ ਅਗਰ ਰਿਸ਼ਤਾ ਹੈ ਕਿਸੇ ਨਾਲ ਤਾਂ ਉਹ ਰਿਸ਼ਤੇ ਦੇ ਵਿੱਚ ਸਿਰਫ ਮੌਲਾ ਹੁਸੈਨ ਹੈ ਵਜ੍ਹਾ ਦੋਸਤੀ ਵੀ ਮੌਲਾ ਵਜ੍ਹਾ ਦੁਸ਼ਮਣੀ ਵੀ ਮੌਲਾ ਬਾਕੀ ਵੀ ਅੱਜ ਮਖਸੂਸੀ ਹੈ ਤੁਹਾਨੂੰ ਪਤਾ ਵੀ ਜ਼ਾਕਿਰੀਨ ਵੀ ਮਸਰੂਫ ਹੋਣੇ ਅਤੇ ਮੈਂ ਤੁਹਾਡੇ ਦੇ ਜ਼ਾਕਿਰਾਂ ਦਰਮਿਆਨ ਜ਼ਿਆਦਾ ਹਾਲ ਨਹੀਂ ਥੀਂਦਾ ਬਾਕੀ ਵੀ ਅਗਰ ਕੋਈ ਗੁਜ਼ਾਰਿਸ਼ ਆਉਂਦੇ ਹਨ ਤਾਂ ਮੈਂ ਚਾਚੇ ਹੋਣੀ ਲਿਖਦੇ ਸਾਂ ਉਹ ਗੁਜ਼ਾਰਿਸ਼ ਆਪ ਤੁਹਾਡੇ ਤੱਕ ਪਹੁੰਚਾਉਂਦੇ ਸਨ ਅਤੇ ਆਇਮਾ ਮਸੂਮੀਨ ਤੱਕ ਅਲਮ ਦੇ ਹਵਾਲੇ ਨਾਲ ਕਿ ਅਲਮ ਦਾ ਰੰਗ ਕਾਲਾ ਹੈ ਉਹ ਮੈਂ ਫੂਡ ਸਟੇਟ ਵਾਸਤੇ ਬਾਲ ਭੇਜੇ ਉਹ ਇਨਸ਼ਾਅੱਲਾ ਮੁਹੱਲੇ ਤੋਂ ਬਾਅਦ ਤਕਸੀਮ ਕਰਕੇ ਉਹ ਤੁਹਾਨੂੰ ਤੁਹਾਡੇ ਤਕਸੀਮ ਕਰੇ ਸੋ ਇਨਸ਼ਾਅੱਲਾ ਜਨਾਜ਼ੇ ਦੀ ਬਰਾਮਦਗੀ ਹੋ ਸੀ ਕੋਸ਼ਿਸ਼ ਕਰੇ ਸੋ ਕਿ ਜਨਾਜ਼ੇ ਦੀ ਛੱਬੀ ਉਵੇਂ ਆਵੇ ਜਿਵੇਂ ਭੁੱਲੇ ਬਗਦਾਦ ਦੇ ਸੱਟ ਗਿਆ ਤੁਸਾਂ ਸਾਰੇ ਮੋਮਿਨੀਨ ਮੋਮਿਨਾਤ ਕੋਸ਼ਿਸ਼ ਕਰਾਏ ਕਿ ਜਨਾਜ਼ੇ ਤੱਕ ਸਾਰੇ ਨਾਲ ਰਵੇ ਹੁਣ ਤੁਹਾਡੇ ਸਾਹਮਣੇ ਜ਼ਾਕਿਰ ਆਲੇ ਬੈਤ ਜਨਾਬ ਮੁਜਾਹਿਦ ਮਨਜ਼ੂਰ ਬਾਲਾਂ ਵਾਲੇ ਆਫ ਰਹੀਮ ਯਾਰ ਖਾਨ ਉਹਨਾਂ ਦੇ ਬਾਅਦ